वेलकम टू खन्ना न्यूज़ लाइव तन्नगुर रामदास जी लंगर सेवा संस्था पुर हीरा होशियारपुर ਵੱਲੋਂ सिविल ਹਸਪਤਾਲ ਖੰਨਾ ਵਿਖੇ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਦਾ ਸ਼ੁਭ ਆਰੰਭ ਅੱਜ ਏਡੀਸੀ ਖੰਨਾ ਸਕੱਤਰ ਸਿੰਘ ਬੱਲ ਤੇ ਐਸਡੀਐਮ ਖੰਨਾ ਹਰਬੰਸ ਸਿੰਘ ਨੇ ਰਿਬਨ ਕੱਟ ਕੇ ਕੀਤਾ ਏਡੀਸੀ ਖੰਨਾ ਸਕੱਤਰ ਸਿੰਘ ਨੇ ਸੰਸਥਾ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਐਸ ਡੀ ਐਮ ਖੰਨਾ ਹਰਬੰਸ ਸਿੰਘ ਨੇ ਸੰਸਥਾ ਦੇ ਸੇਵਾਕਾਰਜਾਂ ਦੀ ਸ਼ਲਾਘਾ ਕੀਤੀ ਸਿਵਲ ਹਸਪਤਾਲ ਖੰਨਾ ਦੇ ਐਸ ਐਮਓ ਡਾਕਟਰ ਰਜਿੰਦਰ ਸਿੰਘ ਗੁਲਾਟੀ ਨੇ ਮਰੀਜ਼ਾਂ ਦੀ ਭਲਾਈ ਲਈ ਕੀਤੇ ਜਾ ਰਹੇ ਜ਼ਰੂਰੀ ਉਪਰਾਲੇ ਵਾਸਤੇ ਸੰਸਥਾ ਦੇ ਆਯੋਜਕਾਂ ਦਾ ਧੰਨਵਾਦ ਕੀਤਾ ਹੈ ਸੰਸਥਾ ਦੇ ਸੰਯੋਜਕ ਲਿਆਕਤ ਸਿੰਘ ਬਰਾੜ ਨੇ ਉਨ੍ਹਾਂ ਦੀ ਸੰਸਥਾ ਧੰਨ ਗੁਰੂ ਰਾਮਦਾਸ ਸਾਹਿਬ ਲੰਗਰ ਐਨ ਆਰ ਆਈ ਵੀਰਾਂ ਦੀ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਸ਼੍ਰੀ ਬਰਾੜ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਅਸੀਂ ਮਾਝਾ ਤੇ ਦੁਆਬਾ ਕਵਰ ਕਰ ਲਿਆ ਹੈ ਅਤੇ ਹੁਣ ਲੁਧਿਆਣਾ ਤੇ ਖੰਨਾ ਚ ਸੇਵਾ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ ਪਿਛਲੇ ਸਾਲ ਵੀ ਸਿਵਲ ਹਸਪਤਾਲ ਖੰਨਾ ਵਿਖੇ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਸੇਵਾ ਕਾਰਜ ਰੋਕਣ ਪਏ ਸਨ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਖੰਨਾ ਸਿਵਲ ਹਸਪੀਟਲ ਵਿਖੇ ਪੰਜਾਬ ਦੀ ਇੱਕ ਬਹੁਤ ਹੀ ਨਾਮੀ ਸੰਸਥਾ ਧੰਗੁਰੂ ਰਾਮਦਾਸ ਜੀ ਲੰਗਰ ਸੇਵਾ ਪੁਰ ਹੀਰਾ ਹੁਸ਼ਿਆਰਪੁਰ ਵੱਲੋਂ ਲੰਗਰ ਦੀ ਸ਼ੁਰੂਆਤ ਹਸਪੀਟਲ ਵਿੱਚ ਕੀਤੀ ਗਈ ਹੈ ਇਹ ਸੰਸਥਾ ਇਸ ਵੇਲੇ ਪੈਨ ਪੰਜਾਬ ਇਹ ਸੇਵਾ ਲੈਰੀ ਹੈ ਔਰ ਬਹੁਤ ਸਾਰੇ ਜ਼ਿਲ੍ਹੇ ਇਸ ਨੇ ਕਵਰ ਕਰ ਲਏ ਆ ਅੱਜ ਇਹਨਾਂ ਦੇ ਇੱਥੇ ਜੋ ਸੰਯੋਜਕ ਲਿਆਕਤ ਸਿੰਘ ਬਰਾੜ ਜੀ ਸੀਗੇ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਦੁਆਬਾ ਔਰ ਮਾਝੇ ਦੇ ਲਗਭਗ ਸਾਰੇ ਜ਼ਿਲ੍ਹੇ ਕਵਰ ਕਰ ਰਹੇ ਨੇ ਹੁਣ ਇਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਹਿਲਾਂ ਬੱਸ ਸਟੈਂਡ ਲੁਧਿਆਣਾ ਤੇ ਹੁਣ ਖੰਨਾ ਸਿਵਲ ਹਸਪੀਟਲ ਦੇ ਵਿੱਚ ਇਹਨਾਂ ਨੇ ਲੰਗਰ ਦੀ ਸੇਵਾ ਮੋੜ ਸ਼ੁਰੂ ਕੀਤੀ ਆ ਔਰ ਜਿੱਥੇ ਪੰਜਾਬ ਸਰਕਾਰ ਆਪਣੇ ਸਾਰੇ ਹੀ ਵਾਸੀਆਂ ਨੂੰ ਸੇਵਾਵਾਂ ਦੇ ਰਹੀ ਹੈ ਫਰੀ ਇਲਾਜ ਹੈ ਫਰੀ ਦਵਾਈਆਂ ਨੇ ਫਰੀ ਟੈਸਟ ਨੇ ਉੱਥੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਮਰੀਜ਼ਾਂ ਦਾ ਔਰ ਲੋੜਵੰਦਾਂ ਦਾ ਲੰਗਰ ਦਾ ਪ੍ਰਬੰਧ ਕਰਕੇ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਨੇ ਤੇ ਪੰਜਾਬ ਸਰਕਾਰ ਵੱਲੋਂ ਔਰ ਸਾਡੇ ਜਿਹਨੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਔਰ ਸਾਡੇ ਹਲਕੇ ਦੇ ਬਹੁਤ ਹੀ ਨੌਜਵਾਨ ਤੇ ਉਤਸ਼ਾਹੀ ਐਮਐਲਏ ਸਾਹਿਬ ਵੱਲੋਂ ਇਹ ਜਿਹੜਾ ਉਪਰਾਲਾ ਹੈਗਾ ਉਹ ਰਲ ਮਿਲ ਕੇ ਕੀਤਾ ਗਿਆ ਹੈਗਾ ਔਰ ਮੈਨੂੰ ਆਸ ਹੈ ਕਿ ਇਹ ਜਿਹੜੇ ਵੀ ਲੋਕ ਜਿਹੜੇ ਵੀ ਮਰੀਜ਼ ਜਾਂ ਮਰੀਜ਼ਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਲੋੜਵੰਦ ਹੋਣਗੇ ਇਹ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਦੁਪਹਿਰ ਦੇ ਖਾਣੇ ਦੀਆਂ ਜਿਹੜੇ ਲੋੜ ਹੈਗੀ ਆ ਉਹਨੂੰ ਪੂਰਾ ਕਰੇਗੀ ਔਰ ਇਹ ਸੰਸਥਾ ਜਿਹੜੀ ਆ ਜੋ ਐਨੀ ਵੱਡੀ ਸੇਵਾ ਕਰ ਰਹੀ ਆ ਇਹ ਹੋਰ ਤਰੱਕੀਆਂ ਕਰੇ ਇਹ ਸਾਡੇ ਸਾਰਿਆਂ ਦੀ ਪ੍ਰਮਾਤਮਾ ਕੀ ਅਰਦਾਸ ਹੈ ਥੈਂਕ ਯੂ ਹਾਂਜੀ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਫੋਰ ਹੇਰਾ ਹੁਸ਼ਿਆਰਪੁਰ ਸੰਸਥਾ ਵੱਲੋਂ ਅੱਜ ਖੰਨਾ ਸਿਵਲ ਹਸਪੀਟਲ ਵਿਖੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਤੇ ਮੈਂ ਕਾਮਨਾ ਕਰਦਾ ਮੇਰੀ ਵਾਹਿਗੁਰੂ ਅਰਦਾਸ ਹੈ ਕਿ ਇਹ ਸੰਸਥਾ ਜਿਹੜੀ ਹੈ ਇਦਾਂ ਹੀ ਭਵਿੱਖ 'ਚ ਇਦਾਂ ਹੀ ਸੇਵਾ ਕਰਦੀ ਰਹੇ ਪਰਮਾਤਮਾ ਇਹਨੂੰ ਹੋਰ ਤਰੱਕੀਆਂ ਬਖਸ਼ੇ ਧੰਨ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਜਿਹੜੀ ਸੰਸਥਾ ਚੱਲ ਰਹੀ ਹੈ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪਉਰੀ ਦਾ ਚਾਰਪੁਰ ਕਿਰਪਾ ਉਹੀ ਕਰਦੇ ਨੇ ਕਰਾ ਵੀ ਉਹੀ ਰਹੇ ਨੇ ਤੇ ਬਾਕੀ ਜਿਹੜੀ ਸੇਵਾ ਸਾਡੀ ਮਾਝਾ ਦੁਆਬਾ ਜਿਹੜਾ ਸਾਰਾ ਕਵਰ ਕਰ ਲਿਆ ਔਰ ਦੂਜੀ ਜਿਹੜੀ ਸੇਵਾ ਲੁਧਿਆਣਾ ਤੇ ਖੰਨਾ ਸ਼ੁਰੂ ਕੀਤੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਪੰਜਾਬ ਕਵਰ ਹੋ ਜਾਣਾ ਜਿਵੇਂ ਕਿ ਅਸੀਂ ਅਗਲੀ ਕਿਚਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਮੁਕਤਸਾ ਸਾਹਿਬ ਬਣਾ ਰਹੇ ਆ ਉਹ ਅਗਲੇ ਸਾਲ ਤੋਂ ਮਤਲਬ ਅਕਤੂਬਰ ਤੋਂ ਆਰੰਭ ਹੋ ਜਾਣੀ ਹੈ ਜੀ ਉੱਥੋਂ ਵੀ ਲੰਗਰ ਦੀਆਂ ਸੇਵਾਾਂ ਕਿ ਪੰਜਾਬ ਦਾ ਕੋਈ ਵੀ ਜਿਹੜਾ ਜ਼ਿਲ੍ਹਾ ਜਾਂ ਸਿਵਲ ਹਸਪੀਟਲ ਆ ਕੋਈ ਨਹੀਂ ਰਹੂਗਾ ਜਿੱਥੇ ਨਾ ਲੰਗਰ ਜਾਊ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਹਰ ਇੱਕ ਥਾਂ ਲੰਗਰ ਪਹੁੰਚੂਗਾ। ਬਾਕੀ ਅਸੀਂ ਧੰਨਵਾਦ ਕਰਦੇ ਹਾਂ ਡੀਸੀ ਸਾਹਿਬ ਦਾ ਤੇ ਏਡੀਸੀ ਸਾਹਿਬ ਤੇ ਐਸ ਡੀਐਮ ਸਾਹਿਬ ਜਿਨ੍ਹਾਂ ਨੇ ਬਹੁਤ ਸਾਡਾ ਸਹਿਯੋਗ ਕੀਤਾ। ਬੜਾ ਇਹਨਾਂ ਨੂੰ ਮਾਣ ਹੋਇਆ ਤੇ ਸਾਨੂੰ ਵੀ ਬਹੁਤ ਮਾਣ ਹੋਇਆ ਵੀ ਅਸੀਂ ਗੁਰੂ ਮਹਾਰਾਜ ਦੇ ਦਰਾਂ ਦੀ ਸੇਵਾ ਲੈ ਆਈ ਆ। ਇਹ ਸਾਰਾ ਮਤਲਬੀ ਸਾਡੇ ਸਰਦਾਰ ਵੀਰ ਜੀ ਮਨਜੀਤ ਸਿੰਘ ਉਹਨੇ ਜੋ ਕਿ ਯੂ ایس اے ਦੇ ਵਿੱਚ ਰਹਿੰਦੇ ਨੇ ਤੇ ਨਾਲ ਉਹਨਾਂ ਦੇ ਮਿੱਤਰ ਦੋਸਤ ਨੇ ਸਰਦਾਰ ਗੁਰਦੀਪ ਸਿੰਘ ਮਾਲਕ ਅਗੇ ਸਾਰੇ ਨਾਲ ਮਿਲ ਕੇ ਚਲਾ ਰਹੇ ਤੇ ਇੱਥੋਂ ਵੀ ਸੰਗਤਾਂ ਬਹੁਤ ਸੰਜੋਗ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਐਨ ਜੀਓ ਜਿਹੜੇ ਧੰਗੁਰੂ ਰਾਮਦਾਸ ਜੀ ਲੰਗਰ ਸੇਵਾ ਦਾ ਇਹਨਾਂ ਨੇ ਪਹਿਲਾਂ ਵੀ ਆਪਰਾਲਾ ਇੱਥੇ ਕੀਤਾ ਸੀ ਕੋਵਿਡ ਕਰਕੇ ਬੰਦ ਕਰਨਾ ਪਿਆ ਪਰ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਮਰੀਜ਼ ਇੱਥੇ ਆਉਂਦੇ ਆ ਜਿਨ੍ਹਾਂ ਦੀ ਸੇਵਾ ਚ ਅਸੀਂ ਲੱਗੇ ਹੋਏ ਆ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਇਹ ਐਨ ਜੀਓ ਵੱਲੋਂ ਕੀਤਾ ਗਿਆ ਔਰ ਮੈਂ ਇਹ ਆਸ਼ਵਾਸਨ ਦੇਣਾ ਇਹਨਾਂ ਨੂੰ ਕਿ ਜਦੋਂ ਤੱਕ ਮੈਂ ਇੱਥੇ ਹੈਗਾ ਇਹਨਾਂ ਨੂੰ ਕਿਸੇ ਤਰੀਕੇ ਦੀ ਇਹਨਾਂ ਨੂੰ ਦਿੱਕਤ ਨਹੀਂ ਆਣ ਦਵਾਵਾਂਗਾ ਇੱਥੇ ਔਰ ਇਹ RAMNAL ਆਪਣਾ ਲੰਗਰ ਵਰਤਾ ਸਕਦੇ ਆ ਔਰ ਇਹਦੇ ਨਾਲ ਹੀ ਮੈਂ ਆਪਣੀਆਂ ਸ਼ੁਭ ਕਾਮਨਾਵਾਂ ਇਹਨਾਂ ਨੂੰ ਦੇਣਾ ਅੱਜ ਜਿਹੜਾ ਧੰਨ ਗੁਰੂ RAMDAS ਲੰਗਰ ਸੇਵਾ ਹੁਸ਼ਿਆਰਪੁਰ ਵੱਲੋਂ ਸਿਵਲ ਹਸਪੀਟਲ ਖਾਨੇ ਵਿਖੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਇਹ ਬਹੁਤ ਹੀ ਸਲਾਘਾਜੋ ਕਦਮ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਚਲਾਇਆ ਹੋਇਆ 20 ਸਾਲ ਦਾ ਲੰਗਰ ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜਾ ਚੱਲ ਰਿਹਾ ਅੱਜ ਦੀਨ ਦੁਖੀਆਂ ਦੀ ਸੇਵਾ ਦੇ ਲਈ ਇਹ ਸੰਸਥਾ ਨੇ ਸਿਵਲ ਹਸਪੀਟਲ ਵਿਖੇ ਲੰਗਰ ਸ਼ੁਰੂ ਕੀਤਾ ਗੁਰੂ ਮਹਾਰਾਜ ਕਿਰਪਾ ਕਰੇ ਇਹ ਲੰਗਰ ਜਿਹੜੇ ਨੇ ਦਾਨੀ ਮਹਾਪੁਰਸ਼ ਜਿਹੜੇ ਦਾਨੀ ਪੁਰਸ਼ ਨੇ ਉਹਨਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਚੱਲਦੇ ਰਹਿਣ ਤੇ ਮੈਂ ਇਹ ਸੰਸਥਾ ਦਾ ਵੀ ਬਹੁਤ ਧੰਨਵਾਦੀ ਆਂ ਜਿਨ੍ਹਾਂ ਨੇ ਇਹ ਲੰਗਰ ਸੇਵਾ ਸਾਡੇ ਸਿਵਲ ਹਸਪਤਲ ਖੰਨਾ ਵਿਖੇ ਸ਼ੁਰੂ ਕੀਤੀ ਖੰਨਾ ਤੋਂ ਪਰਮਜੀਤ ਸਿੰਘ ਤਿਮਾਨ ਦੀ ਖਾਸ ਰਿਪੋਰਟ